ਦੇਖੋ ਜੀ, ਪੰਜਾਬ ਸਰਕਾਰ ਇਹਨਾਂ ਲਈ ਇੱਕ ਆਧਾਰ ਬਣ ਰਹੀ ਹੈ। ਅਸੀਂ ਆਪਣੇ ਹਲਕੇ ਦੇ ਵਿੱਚ ਇਹ ਮੇਲਾ ਕਰਾਇਆ ਔਰ ਪ੍ਰਮੋਟ ਕਰ ਰਹੇ ਹਾਂ, ਅਸੀਂ ਆਪਣੇ ਸੱਭਿਆਚਾਰ ਨੂੰ ਪ੍ਰਮੋਟ ਕਰ ਰਹੇ ਹਾਂ ਔਰ ਜਿਹੜੀਆਂ ਨਵੀਆਂ ਟੈਕਨੀਕਸ ਹੈ ਕਿਸਾਨੀ ਦੇ ਵਿੱਚ ਉਹ ਅਸੀਂ ਆਪਣੇ ਲੋਕਾਂ ਤੱਕ, ਉਹਨਾਂ ਦੇ ਘਰਾਂ ਤੱਕ ਪਹੁੰਚਦੀਆਂ ਕਰ ਰਹੇ ਹਾਂ। ਸੋ ਇੱਕ ਤਰ੍ਹਾਂ ਦਾ ਨਾਲ ਕਮਿਊਨੀਕੇਸ਼ਨ ਗੈਪ ਨੂੰ ਖਤਮ ਕਰਨ ਦੀ ਕੋਸ਼ਿਸ਼ ਹੈ ਔਰ ਜਿਹੜੀਆਂ ਨਵੀਆਂ ਟੈਕਨੋਲੋਜੀਜ਼ ਹੈ ਉਹ ਆਸਾਨੀ ਨਾਲ ਲੋਕਾਂ ਤੱਕ ਪਹੁੰਚਣ, ਇਹ ਇੱਕ ਵੱਡਾ ਉਪਰਾਲਾ ਜਿਹੜਾ ਸਰਕਾਰ ਦੀ ਸਹਿਮਤੀ ਦੇ ਨਾਲ ਹੋ ਰਿਹਾ। ਕੀ ਫਾਇਦਾ ਹੋਣ ਜਾ ਰਿਹਾ ਇਹਨਾਂ ਕਿਸਾਨ ਮੇਲਿਆਂ ਦਾ ਕਿਸਾਨਾਂ ਨੂੰ, ਕਿਉਂਕਿ ਕਿਸਾਨਾਂ ਦੇ ਨਾਂ ਦੇ ਕਿਸਾਨ ਮੇਲਾ, ਕਿਸਾਨਾਂ ਨੂੰ ਕੀ ਫਾਇਦਾ ਸਮਝਦੇ? ਕਈ ਵਾਰੀ ਆਪਾਂ ਨੂੰ ਲੱਗਦਾ ਕਿ ਇੱਥੇ ਕੀ ਹੈ ਵੀ ਨੁਮਾਇਸ਼ਾਂ ਲੱਗੀਆਂ ਹੋਈਆਂ ਤਾਂ ਦੇਖ ਕੇ ਮੁੜ ਜਾਵਾਂਗੇ, ਪਰ ਜਦੋਂ ਅਸੀਂ ਉੱਥੇ ਬੈਠੇ ਹੋਏ ਸਟਾਲ 'ਤੇ ਜਿਹੜੇ ਬੈਠੇ ਆ ਬੰਦੇ ਉਹਨਾਂ ਤੋਂ ਪੁੱਛੀਏ ਜਾਣਕਾਰੀ ਲਈਏ ਤਾਂ ਆਉਣ ਵਾਲੀ ਜਿਹੜੀ ਖੇਤੀ ਹੈ ਉਹਦੇ ਵਿੱਚ ਅਸੀਂ ਕਿਵੇਂ ਸੁਧਾਰ ਕਰ ਸਕਦੇ ਹਾਂ, ਨਵੀਆਂ ਟੈਕਨੀਕਸ ਕੀ ਹੈ, ਆਲਟਰਨੇਟਿਵਸ ਕੀ ਹੈ, ਸਾਡੀਆਂ ਫਸਲਾਂ ਜਿਹੜੀਆਂ ਸਾਨੂੰ ਨਹੀਂ ਕੋਈ ਪੁਖਤਾ ਪਾ ਰਹੀਆਂ ਉਹਦੇ ਤੋਂ ਬਿਨਾਂ ਅਸੀਂ ਕੀ ਕਰ ਸਕਦੇ ਹਾਂ। ਸੋ ਇਹ ਸਾਰਾ ਕੁਛ ਅਸੀਂ ਇਸ ਮੇਲੇ ਤੋਂ ਸਿੱਖ ਸਕਦੇ ਹਾਂ। ਮੌਜੂਦਾ ਸਮੇਂ ਵਿੱਚ ਕਿਸਾਨਾਂ ਦੇ ਨਾਂ ਕੋਈ ਸੰਦੇਸ਼ ਕੋਈ? ਮੈਂ ਆਪਣੇ ਕਿਸਾਨ ਵੀਰਾਂ ਨੂੰ, ਕਿਉਂਕਿ ਉਹ ਤਾਂ ਕਹਿ ਲਓ ਕਿ ਸਾਡੇ ਅੰਨਦਾਤਾ ਨੇ, ਤੋ ਅਸੀਂ ਉਹਨਾਂ ਤੋਂ ਸਿੱਖਣਾ ਹੁੰਦਾ ਕਿ ਉਹਨਾਂ ਨੇ ਕਿਵੇਂ ਜ਼ਿੰਦਗੀ ਦੇ ਸੰਘਰਸ਼ ਕੀਤੇ ਨੇ, ਪਰ ਮੈਂ ਇੱਕ ਗੱਲ ਜ਼ਰੂਰ ਕਹਾਂਗੀ ਕਿ ਸਾਨੂੰ ਸਮੇਂ ਦੇ ਹਾਣੀ ਬਣਨਾ ਪੈਣਾ, ਜਿੱਥੇ ਸਾਨੂੰ ਲੱਗਦਾ ਕਿ ਲੰਮੇ ਸਮੇਂ ਤੋਂ ਜਿਹੜੀਆਂ ਔਕੜਾਂ ਦਾ ਵਾਰ ਵਾਰ ਸਾਹਮਣਾ ਕਰਦੇ ਹਾਂ, ਫਸਲਾਂ ਦੇ ਨੁਕਸਾਨ ਹੁੰਦੇ ਆ, ਸੋ ਸਮੇਂ ਦੇ ਹਾਣੀ ਬਣ ਕੇ ਅਸੀਂ ਅਕੋਰਡਿੰਗ ਟੂ ਇਨਵਾਇਰਨਮੈਂਟ, ਅਕੋਰਡਿੰਗ ਟੂ ਲੈਂਡ ਸੂਟੇਬਲ, ਕਿਹੜੀਆਂ ਫਸਲਾਂ ਕਿਹੜੀ ਟੈਕਨੀਕ ਨਾਲ, ਉਹ ਸਾਰਾ ਅਸੀਂ ਜਿਹੜੀ ਨਵੀਂ ਟੈਕਨੋਲੋਜੀ ਦੇ ਨਾਲ ਮਿਲ ਕੇ ਚੱਲੀਏ। ਦੇਖੋ ਜੀ, ਪੰਜਾਬ ਸਰਕਾਰ ਇਹਨਾਂ ਲਈ ਇੱਕ ਆਧਾਰ ਬਣ ਰਹੀ ਹੈ। ਅਸੀਂ ਆਪਣੇ ਹਲਕੇ ਦੇ ਵਿੱਚ ਇਹ ਮੇਲਾ ਕਰਾਇਆ ਔਰ ਪ੍ਰਮੋਟ ਕਰ ਰਹੇ ਹਾਂ, ਅਸੀਂ ਆਪਣੇ ਸੱਭਿਆਚਾਰ ਨੂੰ ਪ੍ਰਮੋਟ ਕਰ ਰਹੇ ਹਾਂ ਔਰ ਜਿਹੜੀਆਂ ਨਵੀਆਂ ਟੈਕਨੀਕਸ ਹੈ ਕਿਸਾਨੀ ਦੇ ਵਿੱਚ ਉਹ ਅਸੀਂ ਆਪਣੇ ਲੋਕਾਂ ਤੱਕ, ਉਹਨਾਂ ਦੇ ਘਰਾਂ ਤੱਕ ਪਹੁੰਚਦੀਆਂ ਕਰ ਰਹੇ ਹਾਂ। ਸੋ ਇੱਕ ਤਰ੍ਹਾਂ ਦਾ ਨਾਲ ਕਮਿਊਨੀਕੇਸ਼ਨ ਗੈਪ ਨੂੰ ਖਤਮ ਕਰਨ ਦੀ ਕੋਸ਼ਿਸ਼ ਹੈ ਔਰ ਜਿਹੜੀਆਂ ਨਵੀਆਂ ਟੈਕਨੋਲੋਜੀਜ਼ ਹੈ ਉਹ ਆਸਾਨੀ ਨਾਲ ਲੋਕਾਂ ਤੱਕ ਪਹੁੰਚਣ, ਇਹ ਇੱਕ ਵੱਡਾ ਉਪਰਾਲਾ ਜਿਹੜਾ ਸਰਕਾਰ ਦੀ ਸਹਿਮਤੀ ਦੇ ਨਾਲ ਹੋ ਰਿਹਾ। ਕੀ ਫਾਇਦਾ ਹੋਣ ਜਾ ਰਿਹਾ ਇਹਨਾਂ ਕਿਸਾਨ ਮੇਲਿਆਂ ਦਾ ਕਿਸਾਨਾਂ ਨੂੰ, ਕਿਉਂਕਿ ਕਿਸਾਨਾਂ ਦੇ ਨਾਂ ਦੇ ਕਿਸਾਨ ਮੇਲਾ, ਕਿਸਾਨਾਂ ਨੂੰ ਕੀ ਫਾਇਦਾ ਸਮਝਦੇ? ਕਈ ਵਾਰੀ ਆਪਾਂ ਨੂੰ ਲੱਗਦਾ ਕਿ ਇੱਥੇ ਕੀ ਹੈ ਵੀ ਨੁਮਾਇਸ਼ਾਂ ਲੱਗੀਆਂ ਹੋਈਆਂ ਤਾਂ ਦੇਖ ਕੇ ਮੁੜ ਜਾਵਾਂਗੇ, ਪਰ ਜਦੋਂ ਅਸੀਂ ਉੱਥੇ ਬੈਠੇ ਹੋਏ ਸਟਾਲ 'ਤੇ ਜਿਹੜੇ ਬੈਠੇ ਆ ਬੰਦੇ ਉਹਨਾਂ ਤੋਂ ਪੁੱਛੀਏ ਜਾਣਕਾਰੀ ਲਈਏ ਤਾਂ ਆਉਣ ਵਾਲੀ ਜਿਹੜੀ ਖੇਤੀ ਹੈ ਉਹਦੇ ਵਿੱਚ ਅਸੀਂ ਕਿਵੇਂ ਸੁਧਾਰ ਕਰ ਸਕਦੇ ਹਾਂ, ਨਵੀਆਂ ਟੈਕਨੀਕਸ ਕੀ ਹੈ, ਆਲਟਰਨੇਟਿਵਸ ਕੀ ਹੈ, ਸਾਡੀਆਂ ਫਸਲਾਂ ਜਿਹੜੀਆਂ ਸਾਨੂੰ ਨਹੀਂ ਕੋਈ ਪੁਖਤਾ ਪਾ ਰਹੀਆਂ ਉਹਦੇ ਤੋਂ ਬਿਨਾਂ ਅਸੀਂ ਕੀ ਕਰ ਸਕਦੇ ਹਾਂ। ਸੋ ਇਹ ਸਾਰਾ ਕੁਛ ਅਸੀਂ ਇਸ ਮੇਲੇ ਤੋਂ ਸਿੱਖ ਸਕਦੇ ਹਾਂ। ਮੌਜੂਦਾ ਸਮੇਂ ਵਿੱਚ ਕਿਸਾਨਾਂ ਦੇ ਨਾਂ ਕੋਈ ਸੰਦੇਸ਼ ਕੋਈ? ਮੈਂ ਆਪਣੇ ਕਿਸਾਨ ਵੀਰਾਂ ਨੂੰ, ਕਿਉਂਕਿ ਉਹ ਤਾਂ ਕਹਿ ਲਓ ਕਿ ਸਾਡੇ ਅੰਨਦਾਤਾ ਨੇ, ਤੋ ਅਸੀਂ ਉਹਨਾਂ ਤੋਂ ਸਿੱਖਣਾ ਹੁੰਦਾ ਕਿ ਉਹਨਾਂ ਨੇ ਕਿਵੇਂ ਜ਼ਿੰਦਗੀ ਦੇ ਸੰਘਰਸ਼ ਕੀਤੇ ਨੇ, ਪਰ ਮੈਂ ਇੱਕ ਗੱਲ ਜ਼ਰੂਰ ਕਹਾਂਗੀ ਕਿ ਸਾਨੂੰ ਸਮੇਂ ਦੇ ਹਾਣੀ ਬਣਨਾ ਪੈਣਾ, ਜਿੱਥੇ ਸਾਨੂੰ ਲੱਗਦਾ ਕਿ ਲੰਮੇ ਸਮੇਂ ਤੋਂ ਜਿਹੜੀਆਂ ਔਕੜਾਂ ਦਾ ਵਾਰ ਵਾਰ ਸਾਹਮਣਾ ਕਰਦੇ ਹਾਂ, ਫਸਲਾਂ ਦੇ ਨੁਕਸਾਨ ਹੁੰਦੇ ਆ, ਸੋ ਸਮੇਂ ਦੇ ਹਾਣੀ ਬਣ ਕੇ ਅਸੀਂ ਅਕੋਰਡਿੰਗ ਟੂ ਇਨਵਾਇਰਨਮੈਂਟ, ਅਕੋਰਡਿੰਗ ਟੂ ਲੈਂਡ ਸੂਟੇਬਲ, ਕਿਹੜੀਆਂ ਫਸਲਾਂ ਕਿਹੜੀ ਟੈਕਨੀਕ ਨਾਲ, ਉਹ ਸਾਰਾ ਅਸੀਂ ਜਿਹੜੀ ਨਵੀਂ ਟੈਕਨੋਲੋਜੀ ਦੇ ਨਾਲ ਮਿਲ ਕੇ ਚੱਲੀਏ।